ਮਾਤਾ ਜੀ ਉੱਪਰ ਏ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਦਰਬਾਰੇ ਖਾਲਸਾ ਟੀਮ ਵੱਲੋਂ ਅੱਜ ਪਿੰਡ ਪੰਡੂਰੀ ਨੇੜੇ ਮਹਿਲ ਕਲਾਂ ਪਹੁੰਚੇ ਆ। ਇੱਥੇ ਅਰਜਿੰਦਰ ਸਿੰਘ ਜੀ ਪੰਡੂਰੀ ਜੋ ਲੰਬੇ ਸਮੇਂ ਤੋਂ ਸਾਡੇ ਨਾਲ ਜੂਮ ਸੈਮੀਨਾਰਾਂ ਦੇ ਵਿੱਚ ਜੁੜਦੇ ਹੁੰਦੇ ਸੀਗੇ, ਡਾਕਟਰ ਅਮਰ ਸਿੰਘ ਜੀ ਯਾਦ ਉਹਨਾਂ ਦੇ ਸੈਮੀਨਾਰ ਸ਼ਾਮਿਲ ਹੁੰਦੇ, ਫਗਵਾੜਾ ਗੁੱਡ ਗਰੋ ਕਰੋਪਿੰਗ ਸਿਸਟਮ ਦੇ ਨਾਲ ਜਿਹੜਾ ਆਪਾਂ ਖੇਤੀ ਕਿਸਾਨ ਕਰ ਰਹੇ ਨੇ ਉਹਦੇ ਵਿੱਚ ਸ਼ਾਮਿਲ ਹੁੰਦੇ ਨੇ ਅਤੇ ਬੜੀ ਦਿਲਚਸਪੀ ਦੇ ਨਾਲ ਜਾਣਕਾਰੀ ਪ੍ਰਾਪਤ ਕਰਦੇ ਆ ਅਤੇ ਆਪਣੀਆਂ ਗੱਲਾਂ ਬਾਤਾਂ ਵਿੱਚ ਹਿੱਸਾ ਲੈਂਦੇ ਨੇ। ਸੋ ਇਹਨਾਂ ਨੇ ਬੜੀ ਹਿੰਮਤ ਦੇ ਨਾਲ ਆਪਣੇ ਚਾਚਾ ਜੀ ਦੇ ਨਾਲ ਰਲ ਕੇ ਉਹਨਾਂ ਦੀ ਜ਼ਮੀਨ ਦੇ ਵਿੱਚ ਇੱਥੇ ਬਾਗ ਲਾਇਆ, ਜਗਦੇਵ ਸਿੰਘ ਜੀ ਸਮਰਾ ਭੀੜ ਵਾਲੇ ਜੋ ਕਿ ਆਪਣੇ ਜੂਮ ਸੈਮੀਨਾਰਾਂ ਦੇ ਵਿੱਚ ਵੀ ਕਿਸਾਨਾਂ ਨੂੰ ਬਾਗ ਬਾਰੇ ਵੀ ਜਾਣਕਾਰੀ ਦਿੰਦੇ ਰਹਿੰਦੇ ਆ, ਦੇਸੀ ਗਾਈਆਂ ਬਾਰੇ ਵੀ ਜਾਣਕਾਰੀ ਦਿੰਦੇ ਆ। ਸੋ ਉਹਨਾਂ ਵੱਲੋਂ ਇਹ ਬਾਗ ਲਗਾਇਆ ਗਿਆ, ਬਾਗ ਇਸ ਤਰੀਕੇ ਨਾਲ ਐਡਜਸਟ ਕੀਤਾ ਕਿ ਸਾਰਾ ਸਾਲ ਆ ਜਿਹੜੇ ਉਹ ਫਲ ਮਿਲਦੇ ਰਹਿੰਦੇ ਆ ਅਤੇ ਵਿੱਚ ਆ ਜਿਹੜੀ ਫਗਵਾੜਾ ਤਕਨੀਕ ਦੇ ਨਾਲ ਹੀ ਸਬਜ਼ੀਆਂ ਜਿਹੜੀਆਂ ਉਹ ਵੀ ਪੈਦਾ ਕੀਤੀਆਂ ਜਾਂਦੀਆਂ। ਆਪਾਂ ਰਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗੇ ਉਹ ਡਿਟੇਲ ਦੇ ਵਿੱਚ ਆ ਜਿਹੜੇ ਇੱਥੇ ਕਿਹੜੇ ਕਿਹੜੇ ਬੂਟੇ ਲੱਗੇ ਹੋਏ ਆ, ਕੀ ਇਹਨਾਂ ਦਾ ਰਿਜ਼ਲਟ ਰਿਹਾ ਅਤੇ ਕਿਵੇਂ ਕਿਵੇਂ ਇਹ ਚੱਲ ਰਿਹਾ ਗਾ, ਉਹਨਾਂ ਤੋਂ ਜਾਣਕਾਰੀ ਲਵਾਂਗੇ। ਰਜਿੰਦਰ ਸਿੰਘ ਜੀ ਪੰਡੋਰੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਪਹਿਲਾਂ ਤਾਂ ਦਰਬਾਰੇ ਖਾਲਸਾ ਟੀਮ ਦਾ ਬਾਈ ਹੁਣੀ ਪਹੁੰਚੇ ਇੱਥੇ ਟਾਈਮ ਕੱਢ ਕੇ। ਇਹਨਾਂ ਦੇ ਵਿੱਚ ਜੀ ਆਪਾਂ ਤਕਰੀਬਨ ਜਿੰਨੇ ਕੁ ਪੰਜਾਬ ਦੇ ਵਿੱਚ ਕਾਮਯਾਬ ਨੇ ਜਿਹੜੇ ਬੂਟੇ ਉਹੀ ਉਹਨਾਂ ਨੇ ਰਿਕਮੈਂਡ ਕਰੇ ਸੀ, ਉਹੀ ਲਾਏ ਨੇ। ਜਿਵੇਂ ਕਿ ਜਿਹੜੀਆਂ ਵਰਾਇਟੀਆਂ ਅਨਾਰ ਹੋ ਗਿਆ ਜੀ, ਕਿੰਨੂ ਹੋ ਗਿਆ, ਇੱਕ ਗ੍ਰੇ ਫਰੂਟ ਮਿੱਠਾ ਕਹਿੰਦੇ ਆ ਜੀ ਉਹ, ਅਤੇ ਨਿੰਬੂ ਦੇ ਦੋ ਵਰਾਇਟੀਆਂ ਜੀ, ਫਾਲਸਾ ਅੰਜੀਰ ਅਤੇ ਅਮਰੂਦ ਵਗੈਰਾ, ਅਤੇ ਐਪਲ ਦੀਆਂ ਇੱਕ ਦੋ ਵਰਾਇਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਕਾਮਯਾਬ ਹੋ ਰਹੀਆਂ ਉਹ ਨੇ ਜੀ। ਬਾਕੀ ਪਪੀਤਾ, ਅੰਬੋਸਾ ਜੀ, ਆਂਵਲਾ, ਅੰਬ, ਚੀਕੂ, ਅੰਬ ਦੀਆਂ ਦੋ ਤਿੰਨ ਵਰਾਇਟੀਆਂ ਜਿਹੜੀਆਂ ਵਧੀਆ ਨੇ ਪੰਜਾਬ ਦੇ ਵਿੱਚ ਉਹ ਲਾਈਆਂ ਗਈਆਂ, ਅਤੇ ਇਹਨਾਂ ਨੂੰ ਲਗਭਗ ਜੀ ਸਾਲ ਸਵਾ ਸਾਲ ਹੋ ਗਿਆ ਲਾਇਆਂ ਨੂੰ। ਇਹਨਾਂ ਦੇ ਵਿੱਚ ਪਲੱਸ ਇਹ ਸਬਜ਼ੀਆਂ ਵਗੈਰਾ ਹੋ ਰਹੀਆਂ ਨੇ ਜੀ, ਅਤੇ ਫਲ ਵਗੈਰਾ ਹਲੇ ਅਨਾਰ ਵਗੈਰਾ ਦੇਣ ਲੱਗ ਗਏ, ਅੰਜੀਰ ਦੇ ਰਹੀ ਆ, ਫਾਲਸੇ ਨੂੰ ਲੱਗ ਰਿਹਾ ਜੀ। ਇਹ ਕਿੰਨੀ ਜਗ੍ਹਾ ਜੀ ਇਹ ਟੋਟਲ? ਪੌਣੇ ਦੋ ਕਿੱਲੇ ਦੇ ਲਗਭਗ ਹੈਗਾ ਜੀ। ਪੌਣੇ ਦੋ ਕਿੱਲੇ ਦੇ? ਹਾਂਜੀ। ਤੇ ਇੱਥੇ ਪਾਣੀ ਵੀ ਕਹਿੰਦੇ ਨੀਵਾਂ ਬਾਣ ਕਰਕੇ ਆ ਜਾਂਦਾ ਹੈਗਾ? ਹਾਂਜੀ ਹਾਂਜੀ ਹਾਂਜੀ। ਪਾਣੀ ਦਾ ਇਹ ਜਿਹੜੇ ਬਿੱਡਾਂ ਦੇ ਕਰਕੇ ਆ ਜਿਹੜੀ ਇਹਦੇ ਕਰਕੇ ਬਚਾਅ ਹੋ ਗਿਆ, ਨਹੀਂ ਹੋ ਸਕਦਾ ਜੀ, ਬੂਟੇ ਕਾਫੀ ਨੁਕਸਾਨ ਹੁੰਦਾ। ਇਹ ਬਿੱਡਾਂ ਤੇ ਆਪਣਾ ਫਗਵਾੜਾ ਵਿਧੀ ਦੇ ਮੁਤਾਬਕ ਹੀ ਵੀ ਬੂਟਿਆਂ ਦੀ ਇਹਨਾਂ ਦੀ ਬਚਤ ਰਹੇਗੀ, ਨਹੀਂ ਹੋ ਸਕਦਾ ਵੀ ਕਾਫੀ ਆਪਾਂ ਨੂੰ ਨੁਕਸਾਨ ਹੁੰਦਾ। ਤੇ ਤੁਸੀਂ ਇਹਨਾਂ ਦੇ ਕੋਈ ਪੈਸਟੀਸਾਈਡ ਜਾਂ ਕੋਈ ਹੋਰ ਰੇ ਸਪਰੇ ਕੈਮੀਕਲ ਕੋਈ ਕੈਮੀਕਲ ਨਹੀਂ ਵਰਤਿਆ ਜੀ, ਕੋਈ ਖਾਦ ਨਹੀਂ ਵਰਤੀ? ਤੇ ਜਿਹੜੀ ਇਹਦੀ ਹੈਗੀ ਆ ਮਾਰਕੀਟਿੰਗ ਆ ਤੁਹਾਡੀ ਸਬਜ਼ੀ ਦੀ, ਸਾਲ ਤੋਂ ਹੀ ਲਾ ਰਹੇ ਹੋ ਤੁਸੀਂ? ਹਾਂਜੀ ਹਾਂਜੀ ਹਾਂਜੀ, ਹਰ ਸਾਲ ਫਸਲਾਂ ਬਦਲ ਕੇ ਜੋ ਰੁੱਤਾਂ ਲਾਉਂਦੇ ਰਹਿੰਦੇ ਆ। ਬਿਲਕੁਲ ਜੀ। ਤੇ ਉਹ ਵਿਕੀ ਜਾਂਦੀਆਂ ਇੱਥੇ? ਉਹ ਇੱਥੇ ਉਹ ਸਾਹਮਣੇ ਬਣਿਆ ਜੀ ਕਾਊਂਟਰ। ਇਹ ਵੱਡੇ ਰੋਡ ਤੇ ਆ, ਇਹ ਕਿਹੜੀ ਜਗ੍ਹਾ ਤੇ ਪੈਂਦਾ ਦਰਸ਼ਕਾਂ ਨੂੰ ਦੱਸ ਦਿਓ? ਇਹ ਮਹਿਲ ਕਲਾਂ ਤੋਂ ਮਰੇਕੋਲਾ ਰੋਡ ਆ ਜੀ, 18 ਫੁੱਟਾ ਰੋਡ, ਉਹਦੇ ਉੱਤੇ ਹੈਗਾ ਜੀ ਪਿੰਡ ਪੰਡੋਰੀ। ਪਿੰਡ ਪੰਡੋਰੀ? ਹਾਂਜੀ। ਸੋ ਇੱਥੇ ਇਹ ਫਸਲਾਂ ਜਿਹੜੀਆਂ ਹੈਗੀਆਂ ਸਬਜ਼ੀਆਂ ਉਹ ਸਾਰੀਆਂ ਇੱਥੇ ਆ, ਜਿਹੜੀਆਂ ਸੇਲ ਵੀ ਇਹਨਾਂ ਦੀਆਂ ਹੋ ਜਾਂਦੀਆਂ ਤੇ ਬੜੇ ਸੋਹਣੇ ਢੰਗ ਨਾਲ ਜਿਹੜੇ ਆ ਵੀਰ ਲਾ ਰਹੇ ਆ। ਹੋਰ ਵੀ ਇਹਨਾਂ ਨੂੰ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਜਿਹੜੀ ਫਗਵਾੜਾ ਗੁੱਡ ਗਰੋ ਕਰੋਪਿੰਗ ਸਿਸਟਮ ਆ ਉਹਦੇ ਨਾਲ ਤੁਸੀਂ ਥੋੜ੍ਹੀ ਥੋੜ੍ਹੀ ਕਣਕ ਲਾਓ, ਹੁਣ ਸਰੋਂ ਲਾਓ, ਬਾਕੀ ਜਿਹੜੀਆਂ ਫਸਲਾਂ ਹੈਗੀਆਂ ਝੋਨਾ ਵੱਢਣ ਤੋਂ ਬਾਅਦ ਲਾਈਆਂ ਜਾਣੀਆਂ ਕਨਾਲ ਦੋ ਦੋ ਕਨਾਲਾਂ ਉਹ ਜ਼ਰੂਰ ਅਸੀਂ ਲਾ ਕੇ ਇਹ ਤਕਨੀਕ ਦੇ ਵਿੱਚ ਦੇਖੀਏ। ਬਿਲਕੁਲ ਯੂਰੀਆ ਡੀ ਏ ਪੀ ਤੋਂ ਬਿਨਾਂ ਤੁਹਾਡੇ ਪੱਠੇ ਆ ਜਿਹੜਾ ਹਰਾ ਚਾਰਾ ਉਹ ਵੀ ਬਿਨਾਂ ਯੂਰੀਆ ਡੀ ਏ ਪੀ ਪੈਦਾ ਹੋ ਸਕਦਾ ਗਾ, ਅਤੇ ਸਾਨੂੰ ਜਿਹੜੀ ਚੰਗਾ ਉਹ ਦੁੱਧ ਮਿਲੂਗਾ, ਸਾਡੀ ਫਸਲ ਦੀ ਕੁਆਲਿਟੀ ਹੋਊਗੀ। ਤੋ ਉਮੀਦ ਆ ਜਿਹੜੇ ਕਿਸਾਨ ਵੀਰ ਆ ਜ਼ਰੂਰ ਇਹ ਤਕਨੀਕ ਦੇ ਨਾਲ ਜੁੜ ਕੇ ਜ਼ਰੂਰ ਆਪਣਾ ਜਿਹੜਾ ਹੈਗਾ ਪੂਰੇ ਵਾਤਾਵਰਨ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਭਲਾ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਜੀਰ ਇਹ ਐਪਲ ਵਰਗਾ ਕਣ ਰੰਗ ਹੋਇਆ ਪੈਣਾ, ਇਹਦਾ ਪੱਕਿਆ ਹੋਇਆ ਇਹ ਜਿਹੜਾ ਬੱਚ ਕਾ ਲੀਦਾ ਹੋਇਆ ਪਿਆ ਨਾ ਪੱਕਾ ਹੈ ਜਮਾ ਅਰੇ ਪਾਟਿਆ ਪਿਆ ਜਮਾ ਦੇਖਾ ਕੀ ਦੇ ਉੱਪਰ ਕੀ ਲਾਉਣਾ ਇਹਦਾ ਬੜੀਆਂ ਭੈਣ ਜੀ।